ਆਪਣਾ ਆਪਣਾ ਸੁਖਪਾਲ ਸਿੰਘ ਖਹਿਰਾ ਔਰ ਮੇਰੇ ਨਾਲ ਬਹੁਤ ਸਤਿਕਾਰਯੋਗ ਆੜਤੀਏ ਖੜੇ ਨੇ ਬਿੱਗੋਵਾਲ ਦੀ ਮੰਡੀ ਜਿਹੜੀ ਕਿ ਹਲਕਾ ਪਲੱਤ ਦਾ ਇੱਕ ਮੇਨ ਕੇਂਦਰ ਆ ਨਾਰਮਲ ਦਰਮਿਆਨੀ ਜੀ ਛੋਟੀ ਮੰਡੀ ਆ ਕੋ ਬਹੁਤ ਵੱਡੀ ਮੰਡੀ ਨਹੀਂ ਕੀ ਤੁਹਾਨੂੰ ਸਾਰਿਆਂ ਨੂੰ ਹੁਣ ਤੱਕ ਪੰਜਾਬ ਦੇ ਵਿੱਚ ਪਤਾ ਕਿ ਹਾਹਾਕਾਰ ਮਚੀ ਹੋਈ ਸਾਰੇ ਪੰਜਾਬ ਦੇ ਵਿੱਚ ਸੜਕਾਂ ਜਾਮ ਕਰਤੀਆਂ ਕਿਸਾਨ ਜਥੇਬੰਦੀਆਂ ਨੇ ਕਿਸਾਨ ਜਿਹੜੇ ਨੇ ਉਹ ਪਿਛਲੇ ਹੁਣ ਅੱਜ 26ਵਾਂ ਦਿਨ ਆ ਸਰਕਾਰੀ ਖਰੀਦਾ ਹਤਾਸ਼ ਘੁੰਮ ਰਹੇ ਨੇ ਮੰਡੀਆਂ 'ਚ ਧੱਕੇ ਖਾ ਰਹੇ ਨੇ ਔਰ ਉਹਨਾਂ ਦੀ ਜਿਹੜੀ ਫਸਲ ਆ ਜਿਹੜੀ ਉਹਨਾਂ ਨੇ ਬਹੁਤ ਮਿਹਨਤ ਨਾਲ ਪਾਲੀ ਆ ਝੋਨੇ ਦੀ ਫਸਲ ਉਹ ਤੁਸੀਂ ਅੰਦਾਜ਼ਾ ਲਾ ਲਓ ਕਿ 300 ਰੁਪਈਆ 400 ਰੁਪਈਆ 200 ਰੁਪਈਆ ਪ੍ਰਤੀ ਕੁਇੰਟਲ ਉਹਨਾਂ ਨੂੰ ਘੱਟ ਭਾਅ ਮਿਲ ਰਿਹਾ ਵਾ ਔਰ ਇਹਦੇ ਪਿੱਛੇ ਮੌਜੂਦਾ ਪੰਜਾਬ ਸਰਕਾਰ ਦੀ ਕੰਪਲੀਟ ਨਾਕਾਮੀ ਜਿਹਨੂੰ ਮੈਂ ਕਹਾਂ ਕਦੀ ਇਦਾਂ ਦੀ ਨਲਾਇਕ ਸਰਕਾਰ ਅਸੀਂ ਦੇਖੀ ਨਹੀਂ ਸੀਗੀ ਜਿਹੜਾ ਰੋਜ਼ ਕਹਿੰਦੇ ਸੀ ਨਾ ਭਗਵੰਤ ਸਿੰਘ ਮਾਨ ਅਤੇ ਇਹਨਾਂ ਦੇ ਸਾਥੀ ਕਿ 70 ਸਾਲਾਂ 'ਚ ਫਲਾਨੀ ਚੀਜ਼ ਨਹੀਂ ਦੇਖੀ 70 ਸਾਲਾਂ 'ਚ ਇਹਨਾਂ ਨੇ ਆਹ ਨਹੀਂ ਕੀਤਾ 70 ਸਾਲਾਂ ਦੇ ਵਿੱਚ ਇਹਨਾਂ ਨੇ ਉਹ ਨਹੀਂ ਬਣਾਇਆ ਅਸਲ ਕਹਾਣੀ ਆ ਕਿ 17 ਸਾਲਾਂ ਵਿੱਚ ਕਦੀ ਕਿਸਾਨਾਂ ਨੇ ਤੇ ਆੜਤੀਆਂ ਨੇ ਤੇ ਪੰਜਾਬ ਦੇ ਲੋਕਾਂ ਨੇ ਇੰਨੀ ਦੁਰਦਸ਼ਾ ਕਿਸਾਨ ਦੀ ਹੁੰਦੀ ਝੋਨੇ ਦੀ ਖਰੀਦ ਨਾ ਹੁੰਦੀਆਂ ਇਹ 70 ਸਾਲਾਂ 'ਚ ਪਹਿਲੀ ਵਾਰੀ ਹੋਣ ਜਾ ਰਿਹਾ ਅਸਲ ਕਹਾਣੀ ਇਹ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਔਰ ਜਿਹੜਾ ਪਿਛਲੇ ਕੁਝ ਦਿਨਾਂ 'ਚ ਭਗਵੰਤ ਮਾਨ ਨੇ ਮੀਟਿੰਗਾਂ ਕੀਤੀਆਂ ਏਸੀ ਕਮਰਿਆਂ 'ਚ ਬਹਿ ਕੇ ਕੀਤੀਆਂ ਚੰਡੀਗੜ੍ਹ ਮੈਂ ਡੀਸੀਆਂ ਨੂੰ ਬੁਲਾ ਕੇ ਆਦੇਸ਼ ਦਿੱਤੇ ਨੇ ਉੱਥੋਂ ਬੈਠੇ ਚੰਡੀਗੜ੍ਹਾਂ ਗੱਲਾਂ ਕਰੀ ਜਾਂਦੇ ਇੱਕ ਵਾਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਕ ਵਾਰੀ ਕੈਮਰਾ ਘੁਮਾਓ ਕਿ ਬਿੱਗੋਵਾਲ ਦੀ ਮੰਡੀ ਜਿਹੜੀ ਹੈ ਨੱਕੋ ਨੱਕ ਭਰੀ ਪਈ ਹੈ ਦੇਖ ਲਓ ਤੁਸੀਂ ਸਾਰਾ ਕੈਮਰਾ ਘੁਮਾਓ ਮੇਰੇ ਵੀਰ ਛੋਟੇ ਸਾਰੇ ਪਾਸੇ ਤਿੰਨੋਂ ਚਾਰੋਂ ਪਾਸੇ ਘੁਮਾਓ ਚੰਗੀ ਤਰ੍ਹਾਂ ਨਾਲ ਅੱਜ 26 ਤਰੀਕ ਹੋਣ ਦੇ ਬਾਵਜੂਦ ਇਹ ਜਿਹੜੀ ਮੰਡੀ ਆ ਇਹ ਟੋਟਲ ਅਸੀਂ ਬੋਰੀਆਂ ਦੇ ਉੱਤੇ ਆਣ ਕੇ ਤਾਈਓ ਖੜੇ ਹਾਂ ਤੁਹਾਨੂੰ ਦਿਖਾਉਣ ਵਾਸਤੇ ਕਿ ਇੱਕ ਵੀ ਬੈਗ ਇੱਕ ਵੀ ਬੋਰੀ ਜਿਹੜੀ ਆ ਇਸ ਮੰਡੀ 'ਚੋਂ ਨਹੀਂ ਚੱਕੀ ਔਰ ਇਹੀ ਤਕਰੀਬਨ ਸਾਰੇ ਪੰਜਾਬ ਦੀਆਂ ਮੰਡੀਆਂ ਦਾ ਹਾਲ ਹੈ ਬਸ ਚੰਡੀਗੜ੍ਹੋਂ ਉੱਥੋਂ ਬਿਆਨ ਦੇ ਤੇ ਇੱਕ ਇੱਕ ਦਾਣਾ ਚੱਕ ਲਵਾਂਗੇ ਔਰ ਪਹਿਲਾਂ ਪੀਆਰ 126 ਤੇ ਪੀਆਰ 131 ਭਗਵੰਤ ਸਿੰਘ ਮਾਨ ਨੇ ਆਪ ਲੋਕਾਂ ਨੂੰ ਮੋਟੀਵੇਟ ਕੀਤਾ ਕਿ ਤੁਸੀਂ ਇਹ ਇਸ ਇਹ ਕਿਸਮ ਦਾ ਝੋਨਾ ਬੀਜੋ ਇੱਕ ਇੱਕ ਦਾਣਾ ਚੱਕਾਂਗੇ ਤੇ ਹੁਣ ਸ਼ੈਲਰ ਵਾਲਿਆਂ ਨੇ ਝਗੜਾ ਪਾ ਲਿਆ ਕਿ ਸਾਨੂੰ ਇੱਕ ਪੀਆਰ 126 ਤੇ 131 ਜੋ ਪ੍ਰੋਪਰ ਜਿਹੜਾ ਚੌਲ ਦੀ ਰਿਕਵਰੀ ਨਹੀਂ ਹੁੰਦੀ ਇਸ ਕਰਕੇ ਸਾਰਾ ਕੰਮ ਜਿਹੜਾ ਇਸ ਵਕਤ ਆ ਉਹ ਚੱਕਾ ਜਾਮ ਪੰਜਾਬ ਦੇ ਵਿੱਚ ਹੋ ਚੁੱਕਾ ਵਾ ਔਰ ਮੈਂ ਜਿੱਦਾਂ ਪਹਿਲਾਂ ਕਿਹਾ ਪੰਜਾਬ ਦਾ ਕਿਸਾਨ 1 ਲੱਖ ਕਰੋੜ ਤੋਂ ਉੱਤੇ ਦਾ ਕਰਜ਼ਈ ਹੈ ਅੱਜ ਮਾਲਵੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮਾਨਸਾ ਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੇ ਪਿਛਲੇ ਸਮੇਂ 'ਚ ਆਤਮਹੱਤਿਆ ਕੀਤੀਆਂ ਸਾਰਾ ਕੁਝ ਪੰਜਾਬ ਦੀ ਸਰਕਾਰ ਨੂੰ ਪਤਾ ਵਾ ਇਹਦੇ ਬਾਵਜੂਦ ਜੋ ਪਿਛਲੇ ਝੋਨੇ ਦੀ ਨਾ ਬਾਰਦਾਨਾ ਸਮੱਸਿਆ ਆ ਰਿਹਾ ਵਾ ਨਾ ਇਸ ਦਾ MSP ਜਿਹੜੀ 2320 ਰੁਪਈਏ ਜਿੰਨਾ ਰੇਟ MSP ਦਾ ਦਿੱਤਾ ਨਾ ਉਹ ਅਦਾ ਕੀਤਾ ਜਾ ਰਿਹਾ ਵਾ ਤੇ ਨਾ ਇੱਥੇ ਲਿਫਟਿੰਗ ਹੋ ਰਹੀ ਆ ਔਰ ਅਗਰ ਝੋਨਾ ਇੱਦਾਂ ਹੀ ਪਿਆ ਰਿਹਾ ਫਰਜ਼ ਕਰੋ ਕੋਈ ਮੌਸਮ ਦੀ ਖਰਾਬੀ ਹੋਊਗੀ ਬਾਰਿਸ਼ ਪੈ ਗਈ ਇਹ ਇੱਥੇ ਗਲ ਜਾਣਾ ਸਾਰਾ ਪਿਆ ਨੰਬਰ 1 ਨੰਬਰ 2 ਲਿਫਟਿੰਗ ਦਾ ਇਹ ਰੌਲਾ ਪਾ ਰਹੇ ਨੇ ਜੀ ਕਿ ਸਾਡੇ ਕੋਲ ਜਗ੍ਹਾ ਸਪੇਸ ਅਵੇਲੇਬਲ ਨਹੀਂ ਤੇ ਤੁਸੀਂ 3-4 ਮਹੀਨੇ ਸੁੱਤੇ ਹੋਏ ਸੀਗੇ ਤੁਹਾਨੂੰ ਪਤਾ ਨਹੀਂ ਸੀਗਾ ਕਿ ਕੇਂਦਰ ਸਰਕਾਰ ਕੋਲ ਜਾ ਕੇ ਜਿਹੜਾ ਗੋਦਾਮਾਂ ਦੇ ਵਿੱਚ ਪੁਰਾਣਾ ਚੌਲ ਕਈ ਹਜ਼ਾਰ ਮੈਟ੍ਰਿਕ ਟਨ ਤੇ ਗੱਡੀਆਂ ਲੱਗਿਆ ਹੋਇਆ ਤੁਸੀਂ ਉਸ ਨੂੰ ਸਪੇਸ ਨੂੰ ਖਾਲੀ ਕਰਵਾਉਂਦੇ ਉਹ ਵੀ ਨਹੀਂ ਕਰਵਾਈ ਖਰੀਦ ਦਾ ਪ੍ਰਬੰਧ ਕੋਈ ਨਹੀਂ ਕੀਤਾ ਔਰ ਜਿਹੜਾ ਲਿਫਟਿੰਗ ਹੈਗੀ ਆ ਫਰਜ਼ ਕਰੋ ਹੁਣ ਨਹੀਂ ਵੀ ਲਿਫਟਿੰਗ ਕਰਾ ਸਕਦੇ ਘੱਟੋ ਘੱਟ ਤੁਸੀਂ ਇੱਕਦਮ ਹੁਕਮ ਦੇ ਕੇ ਇਹ ਸਾਰਾ ਜਿਹੜਾ ਸਟਾਕ ਹੈਗਾ ਇਹ ਸ਼ੈਲਰਾਂ ਦੇ ਅੰਦਰ ਹੀ ਲਵਾ ਦਿਓ ਉੱਥੇ ਜਾ ਕੇ ਇਸ ਕਰਕੇ ਇਸ ਖਰੀਦ ਦੇ ਸੀਜ਼ਨ ਵਿੱਚ ਝੋਨੇ ਜਾਣ ਕੇ ਪੰਜਾਬ ਸਰਕਾਰ ਦਾ ਦਿਵਾਲੀਆ ਨਿਕਲ ਗਿਆ ਬਿਲਕੁਲ ਨਲਾਇਕ ਨਿਕੰਮੀ ਨਿਖਿੱਧ ਜ਼ੀਰੋ ਸਰਕਾਰ ਔਰ ਕਿਸਾਨ ਆਪਾਂ ਸਾਰੇ ਜਾਣਦੇ ਪੰਜਾਬ ਦੀ ਰੋਟੀ ਪੱਕਦੀ ਆ ਅਨਾਜ ਤੋਂ ਇਹ ਸਾਡਾ ਸਭ ਤੋਂ ਵੱਡਾ ਕਿੱਤਾ ਵਾ ਇਹਦੇ ਨਾਲ ਸਾਡਾ ਭਵਿੱਖ ਚੱਲਦਾ ਸਾਡੇ ਬੱਚਿਆਂ ਨੇ ਬਾਹਰੋਂ ਵਿਦੇਸ਼ਾਂ 'ਚ ਜਾਣਾ ਜਾਂ ਵਿਦੇਸ਼ਾਂ 'ਚ ਬੈਠੇ ਪੈਸੇ ਮੰਗਵਾਉਣੇ ਪੜ੍ਹਾਈ ਕਰਨੀ ਇਲਾਜ ਕਰਾਉਣਾ ਇੱਥੋਂ ਚੱਲਦਾ ਵਾ ਸਾਡੀ ਸਾਡੀ ਰੋਜ਼ੀ ਰੋਟੀ ਦੇ ਉੱਤੇ ਇਸ ਵਕਤ ਪੰਜਾਬ ਸਰਕਾਰ ਨੇ ਇੱਕ ਕਿਸਮ ਦੀ ਲੱਤ ਮਾਰੀ ਆਪਣੀ ਨਲੇਕੀ ਦੇ ਕਰਕੇ ਮੇਰੇ ਨਾਲ ਇਸ ਸਮੇਂ ਆੜਤੀ ਹੋਰ ਵੀ ਬਹੁਤ ਸਾਰੇ ਮੈਂ ਹਰਜਿੰਦਰ ਸਿੰਘ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਥੋੜ੍ਹਾ ਜਿਹਾ ਸਮੱਸਿਆ ਦੱਸੋ ਤੁਹਾਡੀ ਕੀ ਇਹ ਤੁਹਾਡਾ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਇਸ ਵਕਤ ਜੋ ਸਾਡੀ ਬੇਗੋਵਾਲ ਮੰਡੀ ਦੀ ਪ੍ਰੋਬਲਮ ਚੱਲ ਰਹੀ ਹੈ ਉਹ ਇਕੱਲੀ ਬੇਗੋਵਾਲ ਮੰਡੀ ਦੀ ਨਹੀਂ ਹੈਗੀ ਸਾਰੇ ਆਲ ਓਵਰ ਪੰਜਾਬ ਦੇ ਵਿੱਚ ਇਸੋ ਹੀ ਹਾਲ ਬਣਿਆ ਹੋਇਆ ਜਿਹੜੀ ਲਿਫਟਿੰਗ ਹੈ ਉਹ ਪੂਰੇ ਤੌਰ ਦੇ ਉੱਤੇ ਬੰਦ ਹੈ ਔਰ ਨਾ ਹੀ ਸੈਲਰ ਵਾਲੇ ਲਿਫਟਿੰਗ ਕਰਨ ਨੂੰ ਤਿਆਰ ਹਨ ਅਗਰ ਜੇ ਕੋਈ ਲਿਫਟਿੰਗ ਕਰੇਗਾ ਵੀ ਤਾਂ ਉਹ ਲਿਫਟਿੰਗ ਨੂੰ ਪੂਰੇ MSP ਰੇਟ ਦੇ ਉੱਤੇ ਨਹੀਂ ਤੋੜ ਚੜਾਏਗਾ ਕਿਉਂਕਿ ਉਹ ਜਿਹੜੇ ਸੈਲਰ ਵਾਲੇ ਨੇ ਉਹਨਾਂ ਨੇ ਮਾਲ ਉਠਾਉਣਾ ਹੈ ਉਹ ਕੱਟ ਦੀ ਮੰਗ ਕਰ ਰਹੇ ਨੇ
जिथे आढ़ती 40 से 45 रुपए पर क्वांटल कमीशन मिलना है, अगर वो 300 से 400 की डिमांड करनगे तो किहड़ा आढ़ती अपने जेब के कोलों पा के देवेगा। इहदा सारा दे सारा सीधा जिहड़ा भार है वह जिमीदार दे उत्ते ही पवेगा। तो यह सरकार नूं पहलां सोचना चाहीदा सी, जदों कणक की खरीद चल रही सी, सारी दी सारी पंजाब की खरीदी हुई कणक डायरैक्ट डिलवरी रेल हैड दे उत्ते सेंटर गौरमेंट ने लई सी, उस टाइम इन्हां नूं सोचना चाहीदा सी कि जिहड़े साडे गोदाम फुल ने कणक दे विच ही असीं इन्ने तंग होए आ, ते चौल जदों चौल लगाने होणगे सैलर वालिआं ने उस टाइम की हाल बनेगा वह तुहाडे अज सारिआं दे सीजन नूं सारिआं दे गले की हड्डी बनिआ होइआ है। ते सानू जिहड़ा इत्थे पनसप पनग्रेन ते मार्कफेड की परचेज चल रही है, परचेज जिहड़ी पनसप कर रही है वह तो बहुत चलो तरीके नाल करी जा रही है, पेमेंटा भी अप टू डेट करवाई जा रही है, पर सब तो वड्डी जिहड़ी लिफ्टिंग दे नाल नाल बारदाने की भी जिहड़ी है प्रॉब्लम सानू हैगी है। अगर बारदाना नहीं पहुंचेगा तो माल फिलअप नहीं कर पावांगे। तो जिहड़ी इत्थे पनग्रेन हैगी है उसका शेयर जिहड़ा है सब तो ज़्यादा है, तो उहदी जिहड़ी परचेज है सब तो थले है। असी इहो ही मंग करते हैं कि जिहड़ी पनग्रेन है वह अच्छे तरीके नाल परचेज करे। इत्थे ही मैं खिमा दा जाचूंगा जी। बहुत शुक्रिया। तुसीं हड्ड बीती देख रहे हो आड़तियां दी, इक मेरे लागे छोटा मेरा वीर आ किरणजीत सिंह, भी आड़तिया वा, किन्ने पैसे तेरे नुकसान होजू जे इह नाम फसल चक्की की फड़ माइक। भाजी मेरे वालों सारिआं नूं सति श्री अकाल। मैं ज्यादा आड़तियां दी नहीं गल करदा, मैं अपनी उदाहरण देना वा। जिन्ना मेरे फड़ च माल आया है जे 200 रुपया भी कट लांदे तो मेरा घट तो घट मेरा जिहड़ा 40 लाख रुपए का नुकसान है जी। तो यह मैं भरपाई कित्थों करांगा, फिर कल नूं मैनूं आत्महत्या करन दे मजबूर होना पेगा। ए जिहड़ी आप सरकार दी बिल्कुल नलायकी है जिहड़ी इस वल ना कोई ध्यान दे रही है, ना कोई बयान दे रही, ना कोई जाके सेंटर नाल गल कर रही है। ते बस ही मैं ते यही कहांगा। तुसीं सुन लिया एक गल के अगर 200 रुपए का भी कट लग्या तो इहदी दुकान कल्ले ते 40 लाख रुपया आड़ती दे खाते च पै जाने, पैसे कित्थों दे दूगा बेचारा। और जिहड़ा किसानां नूं नफा नुकसान होना वह लैदा वा, वह पहले ही बेचारे मजबूर ने, कर्जा बहुत ज्यादा चढ़िया होया, मतलब हताश ने ते आत्महत्या कर रहे ने। कि आम आदमी पार्टी सरकार लोगों ने इसलिए बनाई सी कि तुसी पंजाब दा जिहड़ा प्रमुख किता है एग्रीकल्चर खेती तुसी उसनू तबाह कर दो, तुसी तुहाडी कोई प्लानिंग ही ना होवे, तुहाडा कोई तुहाडा कोई अरेंजमेंट ही ना होवे, तुहाडे कोल बारदाना ना पहुंचे, तुहाडे कोल लिफ्टिंग ही ना होवे, तुहाडे कोल एमएसपी ना दित्ते। तुसी तां कहिंदे सी 22 फसलां ते एमएसपी देवांगे, कोई चुटकियां मारदा सी, कोई कुछ करदा सीगा। आ हालात तुसी देख लो। सतवंत सिंह सिकरी तुसी दो शब्द कहो मेरे लागे आ जाओ। साडे बहुत अजीज सत्कारयोग ने ताजे नवे सरपंच भी बने ने बड़ी वड्डी वोट ते सिकरी पिंड चो ते आड़त दा भी काम करदे आ। सतवंत सति श्री अकाल जी। सब तो पहला बेनती है कि जे अज जो साडे हालात बने होए ने आड़ती यूनियन दे, सानू आत्महत्या लई मजबूर किया जा रहा। मैं तो पहला मेरे तो वड्डे भरा ने 30 लाख रुपए का नुकसान जिहड़ा उन्होंने दस्सिया है, ये हर आड़ती दे झोली पैना है। इहदा सीधा सीधा जिम्मेवार सीएम साहब भगवंत मान सिंह जी। मैं भाजी सुखपाल सिंह खरा का बहुत धन्यवाद करना जिन्होंने दुख के वेले साडा साथ दिता है, बहुत बहुत धन्यवाद जी। शुक्रिया। अच्छा इस तरह वा हुण मेरी सरकार नूं अपील कह लो, पुरजोर बेनती कह लो, ते चाहे हुण उहनूं ताड़ना समझ लो, जे अगले 2 दिन विच साडे इलाके दे साडे हलका पलत दे इस मंडियां चो माल ना चक्या गया तां मेरे कोल होर कोई चारा नहीं गा। असीं नडाले विखे 29 अक्टूबर नूं दिन मंगलवार नूं ठीक सवेरे 10 बजे जाके चौंक विच बह जाणा वा। इह फिर सरकार दी जिम्मेवारी है कि उत्थे ओ ट्रैफिक दा खराब हुंदा जां कोई लॉ एंड ऑर्डर इशू बनदा, उह साडे वास दी गल नहीं, क्योंकि मैं जवाबदेह आं अपने इलाके दे 1.5 लाख वोटर नूं जिहदे विच किसान आउंदे ने, जिहदे विच मजदूर ने। आ मजदूर भी बेचारे सारे वेले बैठे ने, इहनां दे घरां विच भी रोटी नहीं पक रही, शैलरां वाले अपने थां अपने राह अपने थां दे उत्ते ठीक ने। आ जिहड़े आड़तियां दी गल करदे इहनां दा 2.5% क्विंटल दे हिसाब दे नाल कमीशन बनदा वा, उह तां बहुत दूर दी गल हैगी। उल्टा इहनां नूं उह की कहिंदे हुंदे कि लैणे के देने पै रहे ने, इहनां नूं डर है कि जे कट लाता शैलर वाले ने, क्योंकि सारी परचेज ही शैलर वाले कर रहे ने, सरकारी परचेज का नाम मात्र है बिल्कुल, और जे कट लग गया तो 25-25, 30-30, 40-40 लाख रुपया अपनी जेबा में कि देंगे। सो मेरी भगवंत मान नूं अपील है कि हले भी समा है, जागो उठो, सारी लिफ्टिंग तुसी होर कितने नहीं तो प्राइवेट शैलर वाले थां उत्ते लवा दो, जो गोदामों में जगह नहीं गई वो तुसी करवा सकते हो, और अपनी पलिंथां वरतो, और लिफ्टिंग के नाल नाल अदायगी जिहड़ी आ ओह पंजाब दे किसान नूं
जिन्ना मिनिमम सपोर्ट प्राइस जो 2300 कुछ रुपए फिक्स किया गवर्नमेंट ऑफ इंडिया ने वह मिलना चाहिए। हाँ, इस गल ना मैं सहमत हाँ कि बीजेपी भी सानू खराब कर रही केंद्र की, उन्होंने मनसूबा वा इकोनॉमिकली इकोनॉमिक टेररिज्म ए थापिया जाए ता कि होर तबाही वाले पासे नू जान, वरना उन्होंने अपने तौर के उत्ते जी लिफ्टिंग और उन्होंने हुण तक सारा समान जिहड़ा क्योंकि असीं इह जिहड़ी सारी खरीद करदी पंजाब सरकार इह केंद्र सरकार वास्ते करे। सो दोनों सरकारों नू मैं अकाउंटेबल होल्ड करदा, गवर्नमेंट ऑफ इंडिया की बीजेपी सरकार भी नलायक निकली है ते पंजाब दी सरकार तो चलो जी कहते 70 साल च नहीं किया वह नहीं किया, उन्होंने जो कुछ भी किया नहीं किया, पर आ जलूस किसानों का ते पंजाब दे लोकां दा कदी नहीं कढ़िया जिहड़ा भगवंत मान की सरकार ने झोने की खरीद नूं लैके आता। आने वाले दिनों च मैं अपने हल्के दे सारियां मंडियां दा दौरा करूंगा, पंजाब दे विच भी होर बहुत सारे थावां ते असीं जावांगे, इस मसले का जिहड़ा कोई सार्थक जिहड़ा हल उह कढ़िया जाएगा। तुहाडा सारयां दा इत्थे मेरे नाल किसानां दा मीडिया दा जुड़न दा धन्नवाद करदा। प्यार नाल फतेह प्रवान करनी, वाहेगुरू जी का खालसा, वाहेगुरू जी की फतेह।